ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਬੋਹਰ ਘਰ 'ਚ ਇੱਕ ਵਿਅਕਤੀ ਨੇ ਕੀਤਾ ਹਮਲਾ। ਹਮਲੇ ਦੀ ਵਾਰਦਾਤ ਸੀਸੀਟੀਵੀ 'ਚ ਹੋਈ ਕੈਦ। ਹਮਲਾਵਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਪੰਜਾਬ 'ਚ ਮੌਸਮ ਵਿਭਾਗ ਨੇ ਅਗਲੇ 48 ਤੋਂ 72 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਦਿੱਤੀ ਚੇਤਾਵਨੀ। ਪੰਜਾਬ ਸਰਕਾਰ ਨੇ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਬਾਰਿਸ਼ ਨਾਲ ਨਿਪਟਣ ਦੇ ਪ੍ਰਬੰਧ ਕਰਨ ਦੀ ਦਿੱਤੀ ਹਦਾਇਤ। ਚੰਡੀਗੜ੍ਹ 'ਚ ਬੋਹਰ ਦੀਆਂ ਦੋ ਸਕੀਆਂ ਭੈਣਾਂ ਦੇ ਕਾਤਲ ਨੂੰ ਪੁਲਿਸ ਨੇ ਦਿੱਲੀ ਤੋਂ ਕੀਤਾ ਗ੍ਰਿਫਤਾਰ। ਪ੍ਰੇਮ ਸਬੰਧਾਂ 'ਤੇ ਚੱਲਦਿਆਂ ਮੁਲਜ਼ਮ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ। ਮੋਗਾ ਦੇ ਪਿੰਡ 'ਚ ਫੇਰੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਆਰੋਪਾਂ 'ਚ ਪਿੰਡ ਵਾਲਿਆਂ ਨੇ ਕੀਤੀ ਕਾਂਗਰਸੀ ਦੀ ਕੁੱਟਮਾਰ। ਕਾਂਗਰਸੀ ਨੇ ਕੀਤੇ ਸੀ ਹਵਾਈ ਫਾਇਰ। ਪੁਲਿਸ ਨੇ ਕੀਤਾ ਮਾਮਲਾ ਦਰਜ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਤਹਿਤ ਪੰਜਾਬ ਦੇਖਣ ਯੂਕੇ ਅਤੇ ਯੂਰਪ ਤੋਂ ਪਹੁੰਚੇ ਬੱਚੇ। ਪੰਜਾਬ ਦੇ ਵੱਖ ਵੱਖ ਇਤਿਹਾਸਕ ਅਤੇ ਮਸ਼ਹੂਰ ਥਾਵਾਂ 'ਤੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਸੈਰ।